15 फरवरी दी अद्धी रातों भारत विच टोल फीस दा भुगतान फास्टैग दे जरिए ही कीता जा सकेगा, पर जेकर तुसी अपनी गड्डी ते फास्टैग ना लगवा सके फिर की तुसी हाईवे दी वरतों नहीं कर सकोगे। भारत दे ट्रांसपोर्ट अते राजमार्ग मंत्रालय वल्लों ए ऐलान कीता गया है कि 15 फरवरी दी अद्धी रातों सारे नेशनल हाईवेज ते फास्टैग जरिए ही टोल फीस दा भुगतान कीता जा सकेगा। हुण तुहानू दस दिंदे आ कि फास्टैग है की। फास्टैग एक डिजिटल टैग है जिहड़ा रेडियो फ्रीक्वेंसी आइडेंटिफिकेशन टेक्नोलॉजी यानी कि RFID ते आधारित है। गड्डियां ते फास्टैग लगण नाल हुण टोल काउंटर कोल खड़े होण दी लोड़ नहीं, पैसे अपने आप ही तुहाडे प्रीपेड अकाउंट या फिर लिंक कीते गए बैंक अकाउंट विचों कट ले जाणगे। ਹੁਣ ਤੁਹਾਡੇ ਮਨਾਂ ਵਿੱਚ ਸਵਾਲ ਹੋਣਗੇ ਕਿ ਫਾਸਟੈਗ ਲੈਣਾ ਕਿੱਥੋਂ ਹੈ। ਇਸ ਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ। ਤੁਸੀਂ ਇਸ ਦੀ ਵੈਬਸਾਈਟ fasttag.org ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜਦੋਂ ਤੁਸੀਂ ਇਸ ਵੈਬਸਾਈਟ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਮੂਹਰੇ ਉਹ ਸਾਰੇ ਬੈਂਕ ਆ ਜਾਣਗੇ ਜੋ ਇਸ ਸਕੀਮ ਦੇ ਨਾਲ ਜੁੜੇ ਹੋਏ ਹਨ। ਇੱਥੇ ਹੀ ਤੁਸੀਂ ਆਪਣੇ ਫਾਸਟੈਗ ਨੂੰ ਰੀਚਾਰਜ ਵੀ ਕਰਾ ਸਕਦੇ ਹੋ, ਸਿੱਧਾ ਬੈਂਕਾਂ ਦੀ ਵੈਬਸਾਈਟ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ। ਹੁਣ ਤੁਹਾਨੂੰ ਦੱਸ ਦਈਏ ਕਿ ਫਾਸਟੈਗ ਦੇ ਲਈ ਕਿਹੜੇ ਡਾਕੂਮੈਂਟ ਜ਼ਰੂਰੀ ਹੋਣਗੇ। ਰਜਿਸਟ੍ਰੇਸ਼ਨ ਸਰਟੀਫਿਕੇਟ ਆਫ ਦਾ ਵਹੀਕਲ ਯਾਨੀ ਕਿ RC, ਗੱਡੀ ਦੇ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ ਜਾਂ ਫਿਰ ਵੋਟਰ ਕਾਰਡ ਨੂੰ ਤੁਸੀਂ ID ਅਤੇ ਐਡਰੈਸ ਪਰੂਫ ਵਜੋਂ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ 2 ਗੱਡੀਆਂ ਹਨ ਤਾਂ ਤੁਹਾਨੂੰ 2 ਵੱਖਰੇ ਫਾਸਟੈਗ ਚਾਹੀਦੇ ਹੋਣਗੇ। ਫਾਸਟੈਗ ਜ਼ਰੀਏ ਤੁਸੀਂ ਘੱਟੋ ਘੱਟ ਰੀਚਾਰਜ 100 ਰੁਪਏ ਅਤੇ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਕਰਵਾ ਸਕਦੇ ਹੋ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਫਾਸਟੈਗ ਕੋਈ ਨਵੀਂ ਚੀਜ਼ ਨਹੀਂ ਹੈ। ਇਸ ਵੇਲੇ ਦੇਸ਼ ਭਰ ਵਿੱਚ 407 ਨੈਸ਼ਨਲ ਤੇ ਸਟੇਟ ਹਾਈਵੇਜ਼ ਤੇ ਫਾਸਟੈਗ ਲਾਗੂ ਹੈ। ਫਾਸਟੈਗ ਵਰਤਣ ਨਾਲ ਫਰਕ ਕੀ ਪਵੇਗਾ? ਟੋਲ ਤੇ ਭੁਗਤਾਨ ਕਰਨ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ। ਜ਼ਾਹਰ ਹੈ ਇਸ ਦੇ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ। ਆਨਲਾਈਨ ਰੀਚਾਰਜ ਕਰਵਾ ਸਕਦੇ ਹੋ। ਕ੍ਰੈਡਿਟ ਕਾਰਡ, ਡੈਬਿਟ ਕਾਰਡ, NEFT, RTGS ਜਾਂ ਨੈੱਟ ਬੈਂਕਿੰਗ ਦੇ ਜ਼ਰੀਏ ਰੀਚਾਰਜ ਹੋ ਸਕੇਗਾ। ਬਕਾਇਆ ਘੱਟ ਰਹਿ ਜਾਣ ਤੇ ਤੁਹਾਨੂੰ ਪਹਿਲਾਂ ਹੀ ਲੋਅ ਬੈਲੈਂਸ ਦਾ ਮੈਸੇਜ ਆ ਜਾਵੇਗਾ। ਇਸ ਟੈਗ ਦੀ 5 ਸਾਲ ਦੀ ਵੈਲਿਡਿਟੀ ਹੋਵੇਗੀ। ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਛੋਟ ਮਿਲੇਗੀ ਜੋ ਕੈਸ਼ਬੈਕ ਦੇ ਰੂਪ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਵੇਗੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਅਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਕਰੋ ਤੇ ਸਾਡੀ ਵੈਬਸਾਈਟ bbc.com/punjabi ਤੇ ਵੀ ਜ਼ਰੂਰ ਆਓ। ਧੰਨਵਾਦ।